ਤੇ ਹੁਣ ਇੱਕ ਹੋਰ ਕੁੜੀ ਦੀ ਕਹਾਣੀ ਤੁਹਾਨੂੰ ਦੱਸਦੇ ਹਾਂ। ਇਹ ਕੁੜੀਆਂ ਅੱਜ ਦੇ ਯੁੱਗ ਵਿੱਚ ਹਰ ਖੇਤਰ ਵਿੱਚ ਮੁੰਡਿਆਂ ਤੋਂ ਅੱਗੇ ਨਿਕਲਦੀਆਂ ਜਾ ਰਹੀਆਂ ਨੇ। ਇਸੇ ਤਾਜ਼ਾ ਮਿਸਾਲ ਗੁਰਦਾਸਪੁਰ ਦੇ ਪਿੰਡ ਬੰਗੇਵਾਣੀ ਦੀ ਰਹਿਣ ਵਾਲੀ ਰਮਨਪ੍ਰੀਤ ਕੌਰ ਨੇ ਦਿੱਤੀ ਹੈ। ਰਮਨਪ੍ਰੀਤ ਕੌਰ ਨੇ ਚੰਡੀਗੜ੍ਹ ਵਿੱਚ 22 ਸੂਬਿਆਂ ਦੇ ਵਿਚਾਲੇ ਹੋਈਆਂ ਖੇਡ ਮੁਕਾਬਲਿਆਂ ਵਿੱਚ ਸੋਨ ਤਗਮਾ ਜਿੱਤਿਆ, ਕਾਂਸੀਆ ਤਗਮਾ ਵੀ ਆਪਣੇ ਨਾਂ ਕੀਤਾ, ਜਿਸ ਕਰਕੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ। ਪੰਜਾਬੀ ਯੂਨੀਵਰਸਿਟੀ ਤੋਂ ਰੋਇੰਗ ਕਰਦੀ ਹਾਂ, ਜਿਹਦਾ ਸੈਂਟਰ ਸਾਡਾ ਚੰਡੀਗੜ੍ਹ 'ਚ ਆ। ਇਸ ਸਾਲ ਚੰਡੀਗੜ੍ਹ ਯੂਨੀਵਰਸਿਟੀ ਵਾਲਿਆਂ ਨੇ ਆਲ ਇੰਡੀਆ ਯੂਨੀਵਰਸਿਟੀ ਕਰਵਾਈ, ਜਿਹਦੇ ਵਿੱਚੋਂ ਮੇਰਾ ਰੋਇੰਗ ਵਿੱਚੋਂ ਮੈਂ ਡਬਲਿੰਗ ਕਰਕੇ ਗੋਲਡ ਮੈਡਲ ਲਿਆ ਔਰ ਮੈਂ 500 ਮੀਟਰ 'ਚੋਂ ਬ੍ਰਾਂਜ਼ ਮੈਡਲ ਲਿਆ। ਮਤਲਬ ਸਾਡੀ ਟੀਮ ਤਾਂ ਕਾਫੀ ਵੱਡੀ ਆ ਔਰ ਕਮ ਸੇ ਕਮ 22 ਯੂਨੀਵਰਸਿਟੀਆਂ ਨੇ ਪਾਰਟੀਸਪੇਸ਼ਨ ਕੀਤਾ ਸੀ। ਮੈਂ ਪੰਜਾਬ ਸਰਕਾਰ ਨੂੰ ਬਸ ਇੰਨਾ ਮੈਸੇਜ ਦੇਣਾ ਚਾਹੁੰਦੀ ਹਾਂ, ਜੋ ਇਸ ਸਾਲ ਏਸ਼ੀਅਨ ਗੇਮਾਂ ਹੋਈਆਂ ਕਾਫੀ ਬੱਚਿਆਂ ਨੇ ਹਰਿਆਣੇ ਵੱਲੋਂ ਖੇਡਿਆ, ਇਸ ਸਾਈਡ ਤੋਂ ਇਸ ਲਈ ਨਹੀਂ ਖੇਡੇ ਕਿਉਂਕਿ ਉਹ ਪੈਸੇ ਦੀ ਸਹੂਲਤ ਨਹੀਂ ਦਿੰਦੇ।